जी सत श्रीकाल दोस्तों, की हाल चाल ने तुहाडे? आपां बहुत चिर हो गया व्लॉग व्लूग पाया नहीं, मतलब बने पए हुण सोचदा की पावां। चलो कोई चक्कर नहीं। क्या हो गया दोस्त? आज हम कर रहे हैं मूविंग, उत्ते जस्ट मैं उन्हां दी वीडियो बना के हटिया। ते मैं जिहड़ा तुहानूं पहली वीडियो च वी कहा है कि उंज भावें शाजी शाजी कहिंदे पर ओह गोपी दा नाम गुरलीन नहीं। गुरलीन ब्रो जिहड़ा है ओह मैं असीं तुहानूं दिखाने आ, ओह बंदा दिखाउण लायक नहीं। ते इह बंदा हैगा साडा सियान। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਅੱਜ ਪਹਿਲੀ ਵਾਰੀ ਜਿਹੜਾ ਹੈ ਕੈਨੇਡਾ ਚ ਬੈਰੀ ਚ ਤਿੰਨ ਤਰਖਾਣ ਇੱਕ ਫਰੇਮ ਚ ਦੇਖ ਰਹੇ ਹੋ। ਤੇ ਹੁਣ ਇਹ ਮਾਰਕਮ ਚ ਦੇਖ ਰਹੇ ਹੋ। ਤੇ ਅੱਜ ਹੁਣ ਮੂਵ ਕਰਨ ਲੱਗੇ ਆ। ਤੇ ਜਿਹੜੀ ਹੋਮ ਉਹਨਾਂ ਨੇ ਦਿੱਤੀ ਸੀ ਧਮਕੀ, ਤੇ ਆਪਾਂ ਜਿਹੜੀ ਆ ਉਹਦੀ ਐਕਸੈਪਟ ਨਹੀਂ ਕੀਤੀ ਧਮਕੀ। ਤੇ ਆਪਾਂ ਜਿਹੜਾ ਆਪਾਂ ਇਗਨੋਰ ਹੀ ਕਰਤਾ ਹੁਣ, ਕਹਿੰਦੇ ਦਿਲ ਤੇ ਕਰਨਾ ਰਹਿ ਗਈ। ਆਪਾਂ ਕਹਿੰਦੇ ਤੇਰੇ ਕੋਲ ਚਾਹੀਦਾ ਸਾਡੇ ਕੋਲ ਟਰਨੋ। ਤੇ ਹੁਣ ਮੇਰਾ ਵੀਰ ਆਪਾਂ ਜਿਹੜਾ ਹੈ ਰੂਮ, ਇਹ ਸਾਡਾ ਭਰਾ ਮੁੱਕੇ ਤੋਂ ਜੱਟ ਹੈ। ਇਹਨੂੰ ਵੀ ਤਰਖਾਣ ਬਣਾਇਆ ਸੀ, ਆਪਾਂ ਇਹ ਬਣ ਗਿਆ ਤਰਖਾਣ। ਇਹ ਆਲਮੋਸਟ ਬਣ ਗਿਆ ਕਿਉਂਕਿ ਇਹਨੇ ਨੋਟ ਮਾਰੀ ਸੀ ਨਾ, ਕਿਉਂਕਿ ਅਸੀਂ ਜਿਹੜੇ ਹੈਗੇ ਆ। ਹਲੋ ਮੁੰਡਿਓ, ਉਹ ਮੁੰਡਿਓ ਚਲੋ ਇਸੋ ਬੋਇ ਗੋਪੀ ਸ਼ਾ। ਰਾਮ ਰਾਮ ਸਰ ਬਾਈ, ਫਰੰਟ ਕੈਮਰਾ ਹੈ ਬਾਈ। ਕੀ ਚੱਲ ਰਿਹਾ ਮੂੰਹ ਹੋ ਰਿਹਾ ਬਾਈ ਦੇ? ਤਾਂ ਤਿੰਨ ਬੈਗ ਨੇ ਛੋਟੇ ਛੋਟੇ एयरपोर्ट चले नहीं महाराज, आप सीधा दूजे घरे चले। चलो देखो ये यहाँ पे ऐसे कंपनी होती है, यूहॉल नाम की कंपनी होती है। इधर दिखाइए दोस्तों, तो वो हमें ऐसे ट्रक देती है। वो हमारे आगे गद्दे पड़े हैं, उस पर टीवी भी पड़ा है बीच में। ये हमारे ये दिखाना था नो। 10 फुट ट्रक है, वध भी होता है जिवें 26 फुट तक जाता है। अपना 7 किलो वाला रखी हुई। हाँ 7 किलो वाला बैग आ गया। तो महाराज ये भी है इतने, मेरे तीन गेड़े लगने। मित्र प्यारे हो, ये शाय आप चक के लिए आए सी। इधर देखो चाय शानदार है, स्मूथ मक्खन है। अमूल मक्खन। ओए होए होए, एक होर आ ते भरा असी होर लेके आए सी खड़ौने। ओ ये लेके आए सी, ये भी लेके आए सी। और ये तो भूल गई, तो सच आ ये भी लेके आए सी ना। सटे नु बेच इत चा पीना भाई, रहन दे इदा दा सामान ना चप। केड़े बाबू ते लगन गए? तीन गेड़े लगाएंगे हम, तो अभी पहला लगा के आते हैं। चलो चलो मिलते हैं आपको ट्रक में, बाय बाय। चलो जी, पहली बार का सामान हो गया, और अभी दो गेड़े और लगेंगे। पहली हरी जा रहे मेरे ना बलविंदर, ते दूजी हरी जाएंगे गोपी शाह जी, तीजी हरी जाएंगे श्री भैया जी। ते हुण जिहड़ा है चलो हम तो निकल गए हैं, कॉफियां भी फड़ लिया जी। नवें घर नूव हो रहे हैं बस जी, चले हैं चढ़ती कला रखती। ते एक गल होर, तुसे जू हॉल दा किद्दा एक्सपीरियंस लग रहा? जू हॉल देखो, इट्स माय सेकंड टाइम एक्सपीरियंस। अच्छा। एंड माय फर्स्ट टाइम एक्सपीरियंस वाज वेरी गुड, एंड दिस सेकंड टाइम एक्सपीरियंस वाज नॉट दैट गुड, बिकॉज़ आई हैव टेकन दिस यू हॉल फ्रॉम ब्रैम्पटन। सो फ्रॉम ब्रैम्पटन टू मार्कम वेयर वी लिव, इट टुक मी अराउंड 3 आवर्स ऑन हाईवे 401, बिकॉज़ ऑब्वियसली इट वाज पीक टाइम। नाउ दिस एक्सपीरियंस इज गोइंग टू बी गुड। ਬਾਕੀ ਵੈਸੇ ਚਲਾਉਣੋਂ ਈਜ਼ੀ ਆ, ਕਿਦਾਂ ਤੁਹਾਨੂੰ ਕੀ ਲੱਗ ਰਿਹਾ? ਇੰਜਨ ਬ੍ਰੈਬਸ ਹੀ ਆ ਕਿੱਟ ਦੀ। ਹਾਂਜੀ ਬਈ, ਪਹੁੰਚ ਗਏ ਆ ਆਪਾਂ ਆਪਣੀ ਬੇਸਮੈਂਟ ਰਾਹੀਂ ਪਹੁੰਚ ਗਏ ਆ। ਇਹ ਆ ਸੋ ਹਾਈਟ ਤੇ ਆ ਚੁੱਕੇ। ਕੀ ਬਾਤ ਹੈ ਨਾ ਯਾਰ ਭਾਈ, ਇਹ ਹਮਾਰੀ ਕਿਚਨ ਹੈ, ਠੀਕ ਹੈ। ਆ ਹੀ ਹਾਲ ਬਹੁਤ ਵੱਡਾ ਹੈ ਯਾਰ। ਹਾਂ ਹਾਲ ਬਹੁਤ ਹੈ,
ਵਾਧੂ ਆ ਯਾਰ ਮਤਲਬ ਇੱਥੇ ਸਾਰਾ ਸਮਾਨ ਆ ਜਾਂਦਾ ਠੀਕ ਹੈ ਤੇ ਇਹ ਦੋ ਆਈ ਗੈਸ ਰੂਮਸ ਨੇ ਆ ਰੂਮ ਆ ਰੂਮ 1 ਉਹ ਲੈ ਸ਼ੀਸ਼ੇ ਵੀ ਲੱਗੇ ਆ ਵਿੰਡੋਜ਼ ਵੀ ਅੱਛੀ ਹੈ ਯਾਰ ਅੱਛੀ ਖਾਸੀ ਵਿੰਡੋਜ਼ ਆ ਸਹੀ ਹੈ ਰੂਮ ਵੀ ਹਾਂ ਤੇ ਇਹ ਡੋਮ ਲੱਗੇ ਹੋਏ ਡੋਮ ਲਾਈਟਸ ਆ ਸੈਕੰਡ ਰੂਮ ਆ ਲੈ ਮਮਾ ਰੂਮ ਤਾਂ ਜਮਾ ਹੀ ਸੇਮ ਆ ਇਹਦੀ ਲੈ ਘੱਟ ਲਾਈਟ ਦਾ ਕਰਨਾ ਆ ਕੀ ਜੋ ਕਰੀ ਰਹੀ ਮੈਂ ਫੋਰ ਇਟ ਇਹ ਥੋੜਾ ਮੀਟਰ ਮੀਟਰ ਦਾ ਇੱਥੇ ਕੁਝ ਵੀ ਨਹੀਂ ਆਣਾ ਪਰ ਕੁਛ ਨਾ ਕੁਛ ਤੇ ਫਸਾਈ ਲਾਉਣਾ ਆ ਕਬਰਡ ਆ ਕਬਰਡ ਕਬਰਡ ਦੇਖੋ ਛੋਟੀ ਆ ਬਟ ਨੋ ਵਰੀਸ ਇਟਸ ਓਕੇ ਕੋਈ ਚੱਕਰ ਨਹੀਂ ਵਾਸ਼ਰੂਮ ਦੇਖਦੇ ਆ ਆ ਕੀ ਚੀਜ਼ ਆ ਸਾਫ ਸਾਫ ਕਰਕੇ ਦਿੱਤੀ ਆ ਅਰੇ ਹੇ ਯਾਰ ਹੁਣੀ ਬੈਗ ਰੱਖਣ ਨੂੰ ਮਿਲ ਗਈ ਜਗ੍ਹਾ ਭਾਈ ਬੈਠੋ ਯਾਰ ਭਾਵੇਂ ਇੱਕ ਤਾਂ ਜੋ ਮਰਜ਼ੀ ਰੱਖ ਲੈ ਯਾਰ ਉਹ ਇਹ ਤਾਂ ਹੈ ਹੀ ਸਪੈਸ਼ਲੀ ਉਹਦੇ ਲਈ ਬਣਾਈ ਸ਼ਾਇਦ ਚਲੋ ਨਜ਼ਾਰੇ ਆ ਤੇ ਆਹ ਕੀ ਚੀਜ਼ ਹੈ ਲੈ ਮਾਮਾ ਇੱਥੇ ਵੀ ਵਾਧੂ ਬੈਗ ਆ ਜਾਣੇ ਚਲੋ ਜੀ ਦੋਸਤੋ ਸਭ ਕੁਛ ਹਾਂਜੀ ਕਮਰੇ ਦੀ ਫੋਟੋ ਖਿੱਚ ਕੇ ਸਪਿੰਦਰ ਨੂੰ ਭੇਜ ਦਿਓ ਉਹਨੂੰ ਭੇਜ ਦਿਆਂ ਆ ਭੇਜ ਦਿੰਦਾ ਹਮਾਰਾ ਸਮਾਨ ਆਲਮੋਸਟ ਹੋ ਗਿਆ ਡਨ ਬਸ ਜਿਵੇਂ ਆ ਰਹਿ ਗਿਆ ਔਰ ਉਹ ਚੀਜ਼ ਰਹਿ ਗਈ ਥੋੜ੍ਹੀ ਬਹੁਤ ਬਾਕੀ ਮਰਜ਼ੀ ਹੈ ਕਿ ਆਪਾਂ ਲੈ ਕੇ ਜਾਣਾ ਹੈ ਲੈ ਕੇ ਜਾਣਾ ਮਸ਼ਾਲ ਨਹੀਂ ਉਹ ਵੀ ਹੈ ਸਾਡੀ ਹੈ ਤੇ ਬਸ ਹੁਣ ਆਪਾਂ ਨੈਕਸਟ ਲੋਕੇਸ਼ਨ 'ਤੇ ਬਸ ਪਹੁੰਚਣ ਲੱਗੇ ਹਾਂ ਅਤੇ ਬਹੁਤ ਥੱਕ ਗਏ ਬਾਬੇ ਉਹ ਬਹੁਤ ਥੱਕ ਗਏ ਸਾਨੂੰ ਲੱਗਿਆ ਸੀ 3 ਗੇੜੇ ਲੱਗ ਜਾਣਗੇ ਬਟ ਗੇੜੇ ਹਮਾਰੇ 2 ਹੀ ਲੱਗੇ ਅਭੀ ਤੱਕ ਦੋਸਤ ਦੇਖ ਲਓ ਭਾਈ ਕੁਛ ਰਹਿ ਨਾ ਜਾਏ ਦੂਧ ਵਗੈਰਾ ਉਸ ਸਭ ਉਠਾ ਲਿਆ ਭਾਈ ਮਸਾਲਿਆਂ ਨੂੰ ਉਠਾਇਆ ਤਾਂ ਭਾਈ ਅਬ ਸਮਾਨ ਜੋ ਹੈ ਸਾਰਾ ਡਨ ਹੈ ਹਮਾਰਾ ਔਰ ਫਾਈਨਲ ਹੈ ਪਹਿਲੇ ਲੱਗ ਰਿਹਾ ਤਾਂ ਨਹੀਂ ਹੋਗਾ ਬਟ ਅਬ ਹੋ ਗਿਆ ਔਰ ਇਹ ਬੰਦਾ ਵੀ ਆ ਗਿਆ ਜਿਸਨੇ ਚਲਾਉਣਾ ਹੈ ਅਬ ਹਮਾਰਾ ਗੋਪੀ ਸ਼ਾਹ ਜੋ ਹੈ ਸ਼ਾਹ ਜੀ ਰਹਿ ਗਏ ਹੈ ਤੇ ਸ਼ਾਹ ਜੀ ਲਾਉਂਦੇ ਰਹਿਣ ਟਾਈਮ ਤੇ ਚਲੋ ਸ਼ਾਹ ਜੀ ਛੱਡ ਜਾਣਾ ਆਪਾਂ ਛੱਡ ਜਾਣਾ ਕਿਉਂਕਿ ਸ਼ਾਹ ਜੀ ਨੂੰ ਲਾ ਲਿਆ ਹਿਸਾਬ ਤੇ ਇੱਕ ਉੱਥੇ ਬੰਦਾ ਜਿਹੜਾ ਅਸੀਂ ਛੱਡਿਆ ਉਹ ਉੱਥੇ ਬਲਵਿੰਦਰ ਭਾਈ ਫੈਮਿਲੀ ਫਰੈਂਡਲੀ ਵਲੌਗ ਚਲੋ ਬਾਈ ਬਹੁਤ ਠੰਡਾ ਹੈ ਦੋਸਤੋ ਕਾਫੀ ਲੈ ਲਈ ਹਮਨੇ ਗੁਰੂ ਸਾਹਿਬ ਜੀ ਗੁਰੂ ਸਾਹਿਬ ਦੀ ਫੋਟੋ ਅੰਗ ਸੰਗ ਰਹਿਣ ਸਾਡੇ ਤਾਂ ਹਮ ਬਸ ਜਾ ਰਹੇ ਹਾਂ ਦੇਖ ਲਓ ਮਾੜੀ ਜੀ ਕਿਤੇ ਵੀ ਆ ਜਾਏ ਫਸਾ ਨਹੀਂ ਆ ਬਸ ਫਸ ਗਈ ਚਲੋ ਜੀ ਕਰ ਦਿਓ ਬੋਲੇ ਸੋਨੇ ਨਾਲ ਚਲੋ ਬਸ ਆਪਾਂ ਪੂਰਾ ਥੱਲੇ ਜਾਏਗਾ ਚਲੋ ਬਹਿਣ ਦੀ ਤਿਆਰੀ ਕਰੀਏ ਅਤੇ ਆਪਾਂ ਨਿਕਲੀਏ ਫਿਰ ਚੰਗਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਸ ਹੁਣ ਮਾੜਾ ਜਿਹਾ ਤੇਲ ਤੂਲ ਪਵਾ ਕੇ ਤੇਲ ਤੁਹਾਨੂੰ ਪਤਾ ਕਿਉਂਕਿ ਮੰਗਦੇ ਆ ਉਹ ਕਹਿੰਦੇ ਜਿੰਨਾ ਆਪਾਂ ਦਿੱਤਾ ਸੀਗਾ ਉਨਾ ਹੀ ਹੋਣਾ ਚਾਹੀਦਾ ਅੱਧਾ ਟੈਂਕ ਹੁੰਦਾ ਉਹਨਾਂ ਦਾ ਬਸ ਉਹ ਕਰਕੇ ਆਪਾਂ ਚੱਲਾਂਗੇ ਆਹ ਦੇਖ ਲਓ ਬਈ ਗਰੀਬਾਂ ਨੂੰ ਦੇਖ ਲਓ ਇੱਦਾਂ ਇੱਦਾਂ ਬਈ ਇੱਦਾਂ ਮੂਵੀ ਹੁੰਦੀ ਹੈ ਗਰੀਬਾਂ ਦੀ ਹਮ ਹਮਾਰੀ ਕਾਫੀ ਕੇ ਸਾਥ ਹਾਈ ਗਾਈਸ ਫਾਈਨਲੀ ਵੇਟਡ ਆਲ ਆਰ ਮੂਵਿੰਗ ਦੋਸਤ ਮੈਂ ਇਹ ਕਹਿ ਰਿਹਾ ਸੀਗਾ ਕਿ ਬਈ ਆਪਾਂ ਮੂਵਿੰਗ ਵਗੈਰਾ ਸਭ ਡਨ ਕਰ ਚੁੱਕੇ ਹਾਂ ਸ਼ਾਨਦਾਰ ਕਮਰਾ ਸ਼ਾਨਦਾਰ ਘਰ ਸ਼ਾਨਦਾਰ ਘਰ ਸ਼ਾਨਦਾਰ ਲੋਕੈਲਿਟੀ ਤੇ ਸੋਹਣੇ ਪੜੋਸੀ ਸੋਹਣੇ ਪੜੋਸੀ ਇਹਦੇ ਅਕੋਰਡਿੰਗ ਹਜੇ ਆਪਾਂ ਨੇ ਦੇਖੇ ਆਵਾਜ਼ ਦੇ ਰਾਹੀਂ ਜੱਜ ਕਰ ਲਏ ਆ ਤੇ ਕਹਿ ਰਿਹਾ ਹੈ ਆਪਾਂ ਭਾਵੇਂ ਭੁੱਖੇ ਰਹਿ ਲਾਂਗੇ ਲੇਕਿਨ ਉਹਨੂੰ ਦਾਲ ਦਾ ਕੌਲਾ ਹਰ ਦਿਨ ਜਾਏਗਾ ਕੌਲਾ ਨਹੀਂ ਜਾਏਗਾ ਕਿ ਬੰਟਾ ਬਸ ਬਾਜ ਪਸੰਦ ਆ ਬਸ ਚਲੋ ਠੀਕ ਹੈ ਦੋਸਤੋ ਆਪਾਂ ਮਿਲਦੇ ਆ ਚੰਗਾ ਜੀ ਸਤਿ ਸ਼੍ਰੀ ਅਕਾਲ।